ਇੱਕੋ ਹੀ ਗੱਲ ਹੈ ਕਿ ਜਿਹੜੇ ਇਨਸਾਨ ਨੂੰ ਜਿਹੜੇ ਘਰਦਿਆਂ ਨੂੰ ਇਹ ਗੱਲ ਸਮਝ ਆ ਗਈ ਕਿ ਬੰਦਾ ਬਚਾਉਣ ਵਾਸਤੇ ਕੁਛ ਵੀ ਕਰ ਸਕਦੇ ਹਾਂ, ਕਿਸੇ ਵੀ ਲਿਮਿਟ ਤੱਕ ਜਾ ਸਕਦੇ ਹਾਂ, ਕਿਸੇ ਵੀ ਹੱਦ ਨੂੰ ਕ੍ਰੋਸ ਕਰਨਾ ਪਵੇ ਕਰ ਸਕਦੇ ਹਾਂ, ਉੱਥੇ ਬੰਦਾ ਬਚ ਜਾਂਦਾ। ਜਿਹਦੇ 'ਚ ਇਹ ਆ ਜਾਏ ਕਿ ਚਲੋ ਇੱਕ ਕਰਕੇ ਦੇਖ ਲੈਂਦੇ ਹਾਂ, ਆਸ ਸਾਨੂੰ ਕੋਈ ਨਹੀਂ ਹੈਗੀ ਵੀ ਇਹ ਬਚੇਗਾ, ਪਰ ਚਲੋ ਤੁਹਾਡੇ ਕਹਿਣ 'ਤੇ ਕਰਕੇ ਦੇਖ ਲੈਂਦੇ ਹਾਂ, ਤੁਸੀਂ ਵੀ ਇੱਕ ਟਰਾਈ ਹੋਰ ਕਰ ਲਓ, ਅਸੀਂ ਵੀ ਇੱਕ ਟਰਾਈ ਹੋਰ ਕਰ ਲੈਂਦੇ ਹਾਂ। ਇਹ ਜਿਹੜਾ ਨਜ਼ਰੀਆ ਹੈ ਨਾ, ਇਹਦੇ ਨਾਲ ਬੰਦੇ ਨਹੀਂ ਬਚਦੇ, ਇਹਦੇ ਨਾਲ ਇਹ ਬਿਮਾਰੀ 'ਚੋਂ ਬੰਦੇ ਨਹੀਂ ਬਚਦੇ, ਇਹਦੇ ਨਾਲ ਕਿਸੇ ਬਿਮਾਰੀ 'ਚੋਂ ਵੀ ਨਜ਼ਰੀਆ ਨਹੀਂ ਬਚਦੇ। ਤੁਸੀਂ ਇੱਕ ਵਾਰੀ 100 ਕਾਪੀ ਹਾਰਟ ਅਟੈਕ ਦਾ ਇਲਾਜ ਕਰਾ ਲਿਆ, ਇਸ ਤੋਂ ਬਾਅਦ ਦੇਖਾਂਗੇ ਖੜਨਾ ਕਿ ਨਹੀਂ ਖੜਨਾ ਪੇਸ਼ੈਂਟ ਨੂੰ ਹਾਰਟ ਅਟੈਕ। ਸਾਡਾ ਨਜ਼ਰੀਆ ਜਿਹੜਾ ਨਾ, ਉਹੀ ਸਾਨੂੰ ਇਸ ਬਿਮਾਰੀ ਦੇ ਵਿੱਚ ਡੋਬ ਸਕਦਾ ਜਾਂ ਉਤਾਰ ਸਕਦਾ। ਇੱਥੇ ਅਸੀਂ ਆਉਂਦੇ ਹਾਂ ਨਾ, ਮੀਟਿੰਗ ਦੇ ਵਿੱਚ ਬੈਠਦੇ ਹਾਂ, ਇੱਕ ਦੂਜੇ ਦੀ ਗੱਲ ਸੁਣਦੇ ਹਾਂ, ਉਹ ਬੰਦਿਆਂ ਦੀ ਗੱਲ ਵੀ ਸੁਣਦੇ ਹਾਂ ਜਿਹੜੇ ਸਕਸੈਸਫੁਲ ਹੋਏ ਆ, ਉਹ ਬੰਦਿਆਂ ਦੀ ਗੱਲ ਵੀ ਦੇਖਦੇ ਹਾਂ ਜਿਹੜੇ ਫੇਲੀਅਰ ਹੈਗੇ, ਫਿਰ ਅਸੀਂ ਉਹਨਾਂ 'ਚੋਂ ਆਪਣਾ ਇੱਕ ਨਜ਼ਰੀਆ ਬਣਾਉਂਦੇ ਹਾਂ ਕਿ ਆਪਾਂ ਕਿਹਦੇ ਕੋਲੋਂ ਸਿੱਖਣਾ ਹੈਗਾ। ਫਿਰ ਜਦੋਂ ਠੀਕ ਹੋਏ ਬੰਦਿਆਂ ਨੂੰ ਦੇਖਦੇ ਹਾਂ, ਫਿਰ ਸਾਡਾ ਨਜ਼ਰੀਆ ਚੇਂਜ ਹੋ ਜਾਂਦਾ, ਅੱਛਾ ਵੀ ਇਸ ਬਿਮਾਰੀ 'ਚ ਬੰਦੇ ਬਚ ਵੀ ਜਾਂਦੇ ਆ, ਇਸ ਬੰਦੇ ਬਿਮਾਰੀ 'ਚ ਬੰਦੇ ਠੀਕ ਵੀ ਹੋ ਜਾਂਦੇ ਆ, ਨੋਰਮਲ ਲਾਈਫ ਵੀ ਜੀਣ ਲੱਗ ਪੈਂਦੇ ਆ, ਇਸ ਬਿਮਾਰੀ ਦੇ ਵਿੱਚ ਰਿਲੇਸ਼ਨਸ਼ਿਪ ਵੀ ਠੀਕ ਹੋ ਜਾਂਦੇ ਆ, ਇਸ ਬਿਮਾਰੀ ਦੇ ਵਿੱਚ ਲਾਈਫ ਦੇ ਵਿੱਚ ਉਹ ਸਾਰੀਆਂ ਖੁਸ਼ੀਆਂ ਵਾਪਸ ਆ ਜਾਂਦੀਆਂ ਜਿਹੜੀਆਂ ਕਿ ਪਹਿਲਾਂ ਆਪਾਂ ਗੁਆਈਆਂ ਹੋਈਆਂ। ਜਦੋਂ ਤੁਸੀਂ ਇਸ ਆਸ ਦੇ ਨਾਲ ਫਿਰ ਇਲਾਜ ਕਰਾਉਂਦੇ ਹੋ ਨਾ, ਫਿਰ ਸਕਸੈਸ ਹੋ ਜਾਂਦੀ ਹੈ।